ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਸ਼੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਦੇ ਸਾਰੇ ਦਾਅਵੇਦਾਰ ਕਾਂਗਰਸ ਉਮੀਦਵਾਰ ਬੀਬੀ ਕਿਰਨ ਕੌਰ ਬਰਾੜ ਦੇ ਨਾਲ ਖੜੇ ਹਨ ਅਤੇ ਉਹਨਾਂ ਨੂੰ ਜਿੱਤ ਦਾ ਝੰਡਾ ਜਿਤਾ ਕੇ ਦੇਣਗੇ। ਅਕਾਲੀ ਦਲ ਬਾਰੇ ਸਵਾਲ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜੋ ਕਿ ਪਹਿਲਾਂ ਬਸਪਾ ਨੂੰ ਗਾਲਾਂ ਕੱਢਦੀ ਸੀ ਹੁਣ ਉਹਨਾਂ ਦੇ ਨਾਲ ਗਠਜੋੜ ਕਰਕੇ ਆਪਣੀ ਸੱਤਾ ਬਚਾਉਣ ਦੇ ਵਿੱਚ ਲੱਗੀ ਹੋਈ ਹੈ। ਇਸ ਵਾਰ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਸਫਾਇਆ ਪੱਕਾ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਲਾਈਵ ਭਾਰਤ। ਹੋਰ ਲਾ ਕੇ ਅਸੀਂ ਸਾਨੂੰ ਸਾਡੇ ਉਮੀਦਵਾਰ ਨੂੰ ਸਾਡੀ ਆਂਟੀ ਨੂੰ ਜਿਤਾਉਣ ਦਾ ਕੰਮ ਕਰਨਾ। ਅੱਜ ਉਸੇ ਤਹਿਤ ਮੈਂ ਅੱਜ ਦਫ਼ਤਰ ਦਾ ਉਦਘਾਟਨ ਮੈਨੂੰ ਇਹਨਾਂ ਦਾ ਹੁਕਮ ਹੋਇਆ ਸੀ। ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਕਿ ਜਿੱਦਾਂ ਹੋਇਆ ਉਦਘਾਟਨ ਮੈਨੂੰ ਦੱਸਿਓ ਅਤੇ ਅੱਜ ਉਦਘਾਟਨ ਕੀਤਾ। ਮੈਨੂੰ ਲੱਗਦਾ ਤਮਾਮ ਸਾਥੀ ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਹੈ, ਚਾਹੇ ਮਰਾਜ ਸਾਹਿਬ ਕੇ ਹੈ, ਸੋਥਾ ਸਾਹਿਬ ਹੈ, ਗੁਰਦਾਸ ਗਿਰਧਰ ਜੀ ਹਰੀ ਹੈ, ਸ਼ਮੀ ਤੇਰੀਆ ਸਾਹਿਬ ਹੈ, ਉਹ ਤਮਾਮ ਲੋਕ ਅੱਜ ਇੱਥੇ ਇਸ ਦਫ਼ਤਰ ਦਾ ਉਦਘਾਟਨ ਕਰਵਾਉਣ ਵਾਸਤੇ ਆਏ ਹੈ। ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਮੈਨੂੰ ਉਮੀਦ ਹੈ ਕਿ ਅਸੀਂ ਮੁਕਤਸਰ ਦੀ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ। ਹਾਲੇ ਵੀ ਕੁਛ ਜਿਹੜੇ ਦਾਅਵੇਦਾਰ ਸੀ ਉਹ ਨਾਰਾਜ਼ ਨੇ, ਨਹੀਂ ਇੱਥੇ ਪਹੁੰਚੇ? ਦੋ ਚਾਰ ਦਿਨ ਮਾੜਾ ਮੋਟਾ, ਕਈਆਂ ਨੂੰ ਕੰਮ ਵੀ ਹੁੰਦਾ। ਮੈਨੂੰ ਤਾਂ ਕਿਸੇ ਨੇ ਨਾਰਾਜ਼ਗੀ ਦਿਖਾਈ ਨਹੀਂ ਲੱਗਦੀ। ਦੋ ਚਾਰ ਮੈਨੂੰ ਕੋਈ ਐਸੇ ਦਾਅਵੇਦਾਰ ਲੱਗਦੇ ਨਹੀਂ ਜਿਹੜੇ ਨਾਰਾਜ਼ ਹੈ। ਦੱਸੋ ਹੋਰ ਕਿਹੜਾ ਦਾਅਵੇਦਾਰ ਸੀ ਜਿਹੜਾ ਨਹੀਂ ਆਇਆ? ਸਾਰੇ ਦੇ ਸਾਰੇ ਦਾਅਵੇਦਾਰ ਕਰਨ ਕੌਰ ਬਰਾੜ ਜੀ ਦੇ ਨਾਲ ਹੈ। ਕਈ ਵਾਰੀ ਹੁੰਦਾ ਇੱਕ ਅੱਧਾ ਬੰਦਾ ਵਿਚਾਰਾ ਆਪਦੇ ਕੰਮ ਕਰ ਵੀ ਗਿਆ ਹੁੰਦਾ, ਪਰ ਮੈਨੂੰ ਨਹੀਂ ਲੱਗਦਾ ਕੋਈ ਐਸਾ ਵਿਅਕਤੀ ਹੈ ਜਿਹੜਾ ਕਾਂਗਰਸ ਪਾਰਟੀ ਦੀ ਮਦਦ ਨਹੀਂ ਕਰੇਗਾ। ਪੀਨੇ ਬਰਾੜ ਵੱਲੋਂ ਗੱਲ ਵੀ ਕੱਟ ਕੀਤਾ ਗਿਆ ਕੱਲ ਨੂੰ ਜੀ? ਬਿਲਕੁਲ, ਪੀਨੇ ਬਰਾੜ ਦਾ ਵੀ ਹੱਕ ਬਣਦਾ, ਉਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ, ਉਹਦਾ ਵੀ ਫਰਜ਼ ਬਣਦਾ ਸੀ, ਉਹ ਵੀ ਟਿਕਟ ਮੰਗਦਾ ਸੀ। ਬਹੁਤ ਚੰਗਾ ਮੁੰਡਾ, ਬਹੁਤ ਨੇਕ ਮੁੰਡਾ, ਕਾਬਿਲ ਮੁੰਡਾ, ਪਰ ਜਦੋਂ ਕਾਂਗਰਸ ਪਾਰਟੀ ਦੀ ਗੱਲ ਆਏਗੀ ਉਹ ਕਰਨ ਕੌਰ ਬਰਾੜ ਦੀ ਮਦਦ ਕਰੇਗਾ, ਮੈਨੂੰ ਪੂਰਨ ਉਮੀਦ ਹੈ। ਤੁਸੀਂ ਇੱਕ ਅੱਧੇ ਦਿਨ 'ਚ ਦੇਖੋ ਮੁਕਾਬਲਾ ਕਿਸ ਨਾਲ ਦੇਖਦੇ ਪਏ ਹੋ? ਮੁਕਾਬਲਾ ਹਜੇ ਕਿਸੇ ਨਾਲ ਨਹੀਂ ਹੈ ਬ੍ਰਦਰ, 25 ਦਿਨ ਪਹਿਲਾਂ ਮੁਕਾਬਲਾ ਨਹੀਂ ਦੱਸਿਆ ਜਾ ਸਕਦਾ ਕਿਹਦੇ ਨਾਲ ਹੈ। ਹਵਾਵਾਂ ਦੇ ਰੁੱਖ ਤਿੰਨ ਤਿੰਨ ਦਿਨ ਬਾਅਦ, ਤਿੰਨ ਤਿੰਨ ਮਿੰਟਾਂ ਬਾਅਦ ਬਦਲਦੇ ਨੇ। ਟਿਕਟ ਮਿਲਣ ਤੋਂ ਪਹਿਲਾਂ ਗੱਲਾਂ ਹੋਰ ਸਨ ਔਰ ਟਿਕਟ ਮਿਲਣ ਤੋਂ ਬਾਅਦ ਗੱਲਾਂ ਹੋਰ ਹੋ ਜਾਂਦੀਆਂ। ਸੋ ਮੈਨੂੰ ਜੋ ਉਮੀਦ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਲੋਕ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੇ ਆ। ਅੱਜ ਵੀ ਬੈਸਟ ਆਲਟਰਨੇਟਿਵ ਜਿਹੜਾ ਹੈ ਉਹ ਕਾਂਗਰਸ ਪਾਰਟੀ ਹੈ। ਲੋਕ ਇਹ ਮਹਿਸੂਸ ਕਰਦੇ ਹੈ ਕਿ ਸਾਰੀਆਂ ਪਾਰਟੀਆਂ ਨਾਲੋਂ ਅਗਰ ਚੰਗਾ ਸ਼ਾਸਨ ਅਤੇ ਪ੍ਰਸ਼ਾਸਨ ਦੇ ਸਕਦੀ ਹੈ ਉਹ ਕਾਂਗਰਸ ਪਾਰਟੀ ਹੈ। ਮੁਕਤਸਰ ਵਾਸੀਆਂ ਦਾ ਕਹਿਣਾ ਕਿ ਮੁਕਤਸਰ ਦਾ ਵਿਕਾਸ ਨਹੀਂ ਹੋਇਆ, ਉਵੇਂ ਮੁਸੀਬਤਾਂ ਨੇ। ਪਾਣੀ ਲੈ ਲਓ, ਸੀਵਰੇਜ ਨੂੰ ਲੈ ਲਓ, ਪੁੱਲ ਦਾ ਮੁੱਦਾ ਬਣਾ। ਦੇਖੋ, ਪਾਣੀ ਔਰ ਸੀਵਰੇਜ ਦੀ ਬੈਸਟ ਆਲਟਰਨੇਟਿਵ ਜਿਹੜਾ ਹੈ ਉਹ ਕਾਂਗਰਸ ਪਾਰਟੀ ਹੈ। ਲੋਕ ਇਹ ਮਹਿਸੂਸ ਕਰਦੇ ਹੈ ਕਿ ਸਾਰੀਆਂ ਪਾਰਟੀਆਂ ਨਾਲੋਂ ਅਗਰ ਚੰਗਾ ਸ਼ਾਸਨ ਅਤੇ ਪ੍ਰਸ਼ਾਸਨ ਦੇ ਸਕਦੀ ਹੈ ਉਹ ਕਾਂਗਰਸ ਪਾਰਟੀ ਹੈ। ਮੁਕਤਸਰ ਵਾਸੀਆਂ ਦਾ ਕਹਿਣਾ ਕਿ ਮੁਕਤਸਰ ਦਾ ਵਿਕਾਸ ਨਹੀਂ ਹੋਇਆ, ਉਵੇਂ ਮੁਸੀਬਤਾਂ ਨੇ। ਪਾਣੀ ਲੈ ਲਓ, ਸੀਵਰੇਜ ਨੂੰ ਲੈ ਲਓ, ਪੁੱਲ ਦਾ ਮੁੱਦਾ ਬਣਾ। ਦੇਖੋ, ਪਾਣੀ ਔਰ ਸੀਵਰੇਜ ਦੀ ਪ੍ਰੋਬਲਮ ਪੂਰੇ ਦੇਸ਼ ਦੀ ਪ੍ਰੋਬਲਮ ਹੈ, ਬੰਬਈ ਦੀ ਪ੍ਰੋਬਲਮ ਹੈ, ਬੰਬੇ ਦੀ ਹੈ, ਬਠਿੰਡੇ ਦੀ ਹੈ, ਮੁਕਤਸਰ ਦੀ ਹੈ। ਇਹ ਦਿੱਕਤਾਂ ਰਹਿੰਦੀਆਂ ਕਿਉਂਕਿ ਸੀਵਰੇਜ ਸਿਸਟਮ ਸਾਡਾ ਉਸ ਹਿਸਾਬ ਨਾਲ ਠੀਕ ਨਹੀਂ ਹੈ, ਪੁਰਾਣੀ ਆਬਾਦੀ ਹੈ। ਸੋ ਕਈ ਦਿੱਕਤਾਂ ਹੈਗੀਆਂ, ਲੇਕਿਨ ਜ਼ਿਲ੍ਹਾ ਬਣਾਇਆ, ਮੁਕਤੇ ਮਿਨਾਰ ਬਣਾਏ, ਜਿੰਨਾ ਵੀ ਵਿਕਾਸ ਹੋਇਆ, ਅੱਜ ਤੁਸੀਂ ਗਲੀਆਂ ਨਾਲੀਆਂ, ਇਹ ਕਾਂਗਰਸ ਪਾਰਟੀ ਦੇ ਰਾਜ ਵਿੱਚ ਬਣੀਆਂ। ਹਾਂ, ਇਹ ਵੀ ਮੈਂ ਮੰਨਦਾ ਹੈ ਕਿ ਬਹੁਤ ਸਾਰੇ ਕੰਮ ਰਹਿ ਚੁੱਕੇ ਆ ਸਾਡੇ। ਠੀਕ ਆ, ਤੁਸੀਂ ਸੀਵਰੇਜ ਦਾ ਕੰਮ ਹੈ, ਪਾਣੀ ਦਾ, ਇਹ ਜਿਹੜੀਆਂ ਕਮੀਆਂ, ਕਿਉਂਕਿ ਜਦੋਂ ਬੰਦਾ ਚੋਣ ਹਾਰ ਜਾਂਦਾ ਉਹਦੇ 'ਚ ਉਨਾ ਦਮ ਨਹੀਂ ਰਹਿੰਦਾ। ਅਗਰ ਚੋਣ ਜਿੱਤਿਆ ਹੋਵੇ ਬੰਦਾ ਤਾਂ ਉਹ ਲੜ ਕੇ ਆਫਿਸਰਾਂ ਤੋਂ ਵਿਧਾਨ ਸਭਾ 'ਚ ਪੈਸਾ ਲੈ ਕੇ ਆ ਸਕਦਾ, ਲੇਕਿਨ ਚੁਣਾਵ ਹਾਰ ਗਏ ਉਹ ਦਿੱਕਤਾਂ ਤਾਂ ਰਹੀਆਂ, ਲੇਕਿਨ ਅਗਰ ਚੁਣਾਵ ਜਿੱਤੇ ਹੁੰਦੇ ਤਾਂ ਇਹ ਤਮਾਮ ਦਿੱਕਤਾਂ ਖਤਮ ਹੋ ਜਾਣੀਆਂ ਸਨ। ਪਰ ਮੈਨੂੰ ਉਮੀਦ ਹੈ ਕਿ ਇਸ ਵਾਰੀ ਚੁਣਾਵ ਤੋਂ ਬਾਅਦ ਜਦੋਂ ਸਰਕਾਰ ਬਣੇਗੀ, ਜਿਹੜੇ ਅਧੂਰੇ ਰਹਿੰਦੇ ਕੰਮ ਹੈ, 40 ਮੁਕਤਿਆਂ ਦਾ ਦੀ ਧਰਤੀ ਹੈ, ਅਸੀਂ ਪਹਿਲ ਦੇ ਆਧਾਰ 'ਤੇ ਇੱਥੇ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਅਕਾਲੀ ਦਲ ਦਾ ਸ਼ਿਵ ਸੈਨਾ ਨਾਲ ਗੱਠਜੋੜ ਹੋ ਗਿਆ ਜੀ, ਕਿਸ ਤਰ੍ਹਾਂ ਦੇਖਦੇ ਹੋ? ਯਾਰ, ਅਕਾਲੀ ਦਲ ਦਾ ਕਿਸੇ ਨਾਲ ਗੱਠਜੋੜ ਹੋ ਜੇ, ਇਹਨਾਂ ਦਾ ਪਤਾ ਨਹੀਂ ਕਿਹਦੇ ਕਿਹਦੇ ਨਾਲ। ਇਹ ਪਹਿਲਾਂ ਬਸਪਾ ਨੂੰ ਗਾਲਾਂ ਕੱਢਦੇ ਸੀ, ਹੁਣ ਸ਼ਿਵ ਸੈਨਾ ਨਾਲ ਹੋ ਗਿਆ। ਕੱਲ੍ਹ ਨੂੰ ਪਤਾ ਨਹੀਂ ਸੁਖਬੀਰ ਬਾਦਲ ਦੁਬਾਰੇ ਭਾਜਪਾ ਨਾਲ ਵੀ ਗੱਠਜੋੜ ਕਰ ਸਕਦਾ। ਇਹ ਸੂਰਜ ਚੜ੍ਹਨੋਂ ਹਟ ਸਕਦਾ, ਲਿਖ ਲਓ ਗੱਲ ਮੈਂ ਕੀ ਕਹਿ ਰਿਹਾ, ਸੂਰਜ ਚੜ੍ਹਨੋਂ ਹਟ ਸਕਦਾ, ਤਾਰੇ ਜ਼ਮੀਨ 'ਤੇ ਆ ਸਕਦੇ ਹੈ, ਲੇਕਿਨ ਅਕਾਲੀ ਦਲ ਦਾ ਸਫਾਇਆ ਮੁਕੰਮਲ। ਅੱਜ 13 ਸੀਟਾਂ ਜਿੰਨੇ ਵੀ ਬੁੱਧੀਜੀਵ ਹੈ ਜਾਂ ਚੈਨਲ ਵਾਲੇ, 13 ਸੀਟਾਂ ਸੁਖਬੀਰ ਬਾਦਲ ਦੀ ਪਾਰਟੀ ਨੂੰ ਦੱਸ ਰਹੇ ਨੇ। 25 ਦਿਨ ਬਾਕੀ ਨੇ ਔਰ ਮੈਨੂੰ ਲੱਗਦਾ ਇਹ ਸਾਰਾ ਮੁਕੰਮਲ ਸਫਾਇਆ ਹੋ ਜਾਣਾ।
ਇਹਨਾਂ ਦਾ ਕੰਮ ਪੱਕੇ ਤੌਰ ਤੇ ਪੱਕਾ ਕੰਮ ਹੋ ਜਾਣਾ। ਪਿਛਲੀ ਵਾਰੀ ਵੀ ਤੀਜੇ ਨੰਬਰ ਦੀ ਪਾਰਟੀ ਸੀ। ਇਸ ਵਾਰੀ ਮੈਂ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੈਨੂੰ ਵਧਾਈਆਂ ਭਾਈ, ਜਿਹੜਾ ਤੂੰ ਕੰਮ ਕੀਤੇ ਇਹ ਤੇਰੇ ਸਾਲੇ ਨੇ ਕੰਮ ਕੀਤੇ, ਉਹਨਾਂ ਦੇ ਸੱਚਾ ਤੂੰ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਦਾ ਬੇੜਾ ਬਿਠਾ ਕੇ ਰੱਖ। ਰਵਿੰਦਰ ਆਵਲਾ ਜੀ ਸੁਣਨ 'ਚ ਆਇਆ ਵੀ ਨਿਰਾਸ਼ ਚੱਲ ਰਹੇ ਨੇ ਜਲਾਲਾਬਾਦ। ਮੈਂ ਕਿਹਾ ਵੀ ਨਿਰਾਸ਼ ਹੋ ਸਕਦੇ ਹੈ, ਕੋਈ ਵੀ ਵਿਅਕਤੀ ਨਿਰਾਸ਼ ਹੋ ਸਕਦਾ ਹੈ। ਮੈਂ ਵੀ ਕਈ ਵਾਰੀ, ਮੈਂ 5 ਸਾਲ ਮੰਤਰੀ ਨਹੀਂ ਬਣਿਆ, ਮੈਂ ਵੀ ਨਿਰਾਸ਼ ਸੀਗਾ। ਲੇਕਿਨ ਕਾਂਗਰਸ ਪਾਰਟੀ ਤੋਂ ਦੂਰ ਕੋਈ ਨਹੀਂ ਹੈ, ਨਿਰਾਸ਼ ਹੋ ਜਾਂਦਾ, ਕੋਈ ਗੱਲ ਨਹੀਂ। ਓਕੇ ਜੀ, ਓਕੇ, ਥੈਂਕ ਯੂ। ਕਈ ਰੁੱਸੇ ਪਏ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ, ਰੁੱਸ ਗਏ ਆ ਤੁਹਾਡੇ ਨਾਲ ਦੇ, ਕੀ ਕਹਿਣਾ ਚਾਹੁੰਦੇ ਹੋ ਕਾਂਗਰਸੀ ਵਰਗਾ? ਮੈਂ ਤਾਂ ਪੂਰਾ ਜ਼ੋਰ ਲਾਊਂਗੀ ਕਿ ਸਾਰੀ ਕਾਂਗਰਸ ਇਕੱਠੀ ਹੋਵੇ, ਕਿਉਂਕਿ ਉਹਦੇ ਬਾਅਦ ਦੇ ਵਿੱਚ ਜਦ ਆਪਣੀ ਸਰਕਾਰ ਆ ਗਈ, ਆਪਾਂ ਵੰਡਣੇ ਵੀ ਹੈਗੇ, ਉਹ ਵੰਡੇ ਜਾਣਗੇ ਖਾਲੀ ਜੇ ਸਾਰੇ ਇਕੱਠੇ ਹੋਣਗੇ। ਇਹ ਨਾ ਹੋਵੇ ਕਿ ਕਾਂਗਰਸ ਪਾਰਟੀ ਬਣੀ ਜਾਣੀ ਹੈ ਅਤੇ ਕੋਈ ਮੁੱਦਾ ਕੀ ਲੈ ਕੇ ਚੱਲੋਗੇ? ਤਰੱਕੀ ਦਾ ਮੁੱਦਾ ਜੀ, ਜਿਹਨੂੰ ਅਸੀਂ ਹਮੇਸ਼ਾ ਕਹਿੰਦੇ ਹਾਂ, ਜਿਹੜੇ ਕੰਮ ਇੱਥੇ ਹੋਣ ਵਾਲੇ ਨੇ ਉਹ ਜਿਹੜੇ ਮੁਕੰਮਲ ਕਰਨੇ ਹੈ, ਹਰ ਅੱਧ ਵਿੱਚ ਪਏ ਨੇ ਉਹ, ਅਤੇ ਬਾਕੀ ਜਿਹੜੇ ਨਵੇਂ ਕੰਮ ਹੈ, ਜੇ ਮੇਰਾ ਚੱਲੇ ਇੱਥੇ 2 ਜਾਂ 3 ਵੱਡੇ ਇੱਥੇ ਕਾਰਖਾਨੇ ਲੱਗੇ, ਨੌਕਰੀਆਂ ਨਿਕਲਣ ਅਤੇ ਸਾਡੇ ਬੱਚਿਆਂ ਨੂੰ ਰੋਜ਼ਗਾਰ। ਸਿਮਰਜੀਤ ਭੀਨਾ ਵੱਲੋਂ ਵੀ ਕੱਲ੍ਹ ਇਕੱਠ ਕੀਤਾ ਗਿਆ ਜੀ, ਸਿਮਰਜੀਤ ਭੀਨੇ ਵੱਲੋਂ ਵੀ ਇਕੱਠ ਕੀਤਾ ਗਿਆ, ਬਲਾਕ ਮੈਂਬਰ ਦੇ ਵੱਲੋਂ ਕੀਤਾ ਗਿਆ ਜੀ। ਉਹਨਾਂ ਨੇ ਮੈਨੂੰ, ਮੈਂ ਜਦ ਉਹਨਾਂ ਨੂੰ ਕਿਹਾ ਸੀਗਾ ਅੱਜ ਦੇ ਬਾਰੇ, ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸੀ ਕਿ ਮੈਂ ਤੁਹਾਡੇ ਨਾਲ ਜ਼ਰੂਰ ਤੁਰੂੰਗਾ। ਜਿਹੜੇ ਰੁੱਸੇ ਹੋਏ ਬੀਬੀ ਜੀ, ਜਿਹੜੇ ਰੁੱਸੇ ਹੋਏ ਲੀਡਰ ਆ, ਕਿੰਨੇ ਕੁ ਦਿਨਾਂ ਤੋਂ ਉਮੀਦ ਆ ਜੀ ਮਨਾਉਣ ਦੀ? ਰੱਬ ਕਰੇ ਕਿ ਜਲਦੀ ਆ ਜਾਣ। ਮੈਂ ਇੱਕ ਧੰਨਵਾਦ ਜ਼ਰੂਰ ਕਰੂੰਗੀ ਰਾਜ ਸਾਹਿਬ ਦਾ, ਜਿਨ੍ਹਾਂ ਨੇ ਇੱਕ ਦਿਨ ਵੀ ਨਾਲ ਦੀ ਨਾਲ, ਅਸੀਂ ਉਹਨਾਂ ਨੂੰ ਸਵੇਰੇ ਮਿਲਣ ਗਏ, ਸ਼ਾਮ ਨੂੰ ਉਹਨਾਂ ਨੇ ਘੱਟ ਕਰਕੇ ਐਲਾਨ ਕਰਤਾ ਸੀ ਕਿ ਉਹ ਸਾਡੇ ਉਸ ਤੋਂ ਭੀਨੇ ਬਰਾੜ ਜਾਂ ਕਿਸਾਨ ਬਰਾੜ ਦੀ ਫੋਟੋ ਗਾਇਬ ਹੈ, ਸ਼ਾਇਦ ਇਸ ਕਰਕੇ ਤਾਂ ਨਹੀਂ ਜਿਹੜੇ ਉਹਨਾਂ ਨੇ ਕੀਤਾ।